ਨਿੱਕੇ ਹੁੰਦਿਆਂ ਨੇ ਇੱਕ ਫਿਲਮ ਵੇਖੀ ਸੀਗੀ ਜਿਹਦੇ ਵਿੱਚ ਇੱਕ ਗੀਤ ਹੈ, ਮੇਰੇ ਦੋ ਅਨਮੋਲ ਰਤਨ, ਇੱਕ ਰਾਮ ਤੇ ਇੱਕ ਲਖਨ। ਹੁਣ ਜੇ ਸਰਕਾਰ 'ਚ ਬੈਠੇ ਕੁਛ ਆਰਟਿਸਟ ਚਾਹੁਣ ਤਾਂ ਗੀਤ ਬਣਾ ਸਕਦੇ ਆ ਕਿ ਸਾਡੇ ਕੋਲ ਤਿੰਨ ਅਨਮੋਲ ਰਤਨ, ਇੱਕ ਸਰਾਰੀ, ਦੂਜਾ ਸਿੰਗਲਾ ਅਤੇ ਤੀਜਾ ਕੋਟ ਫਤਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੋ ਬਠਿੰਡੇ ਦਾ ਇਹ ਰਿਸ਼ਵਤ ਕਾਂਡ ਆ, ਇਹਦੇ ਸੰਦਰਭ 'ਚ ਮੈਂ ਕੋਈ ਦੋ ਚਾਰ 'ਚ ਗੱਲਾਂ ਕਰਨੀਆਂ ਸਨ। ਇਹਨਾਂ ਗੱਲਾਂ ਦਾ ਮਜ਼ਮੂਨ ਆਪਾਂ ਤਥਾਤਮਕ ਹੀ ਰੱਖਾਂਗੇ ਜੋ ਔਨ ਰਿਕਾਰਡ ਆਇਆ, ਕਿਉਂਕਿ ਮਸਲਾ ਬਹੁਤ ਗੰਭੀਰ ਹੈ। ਮਸਲਾ ਬਹੁਤ ਕਹਿ ਲਓ ਕਿ ਪੰਜਾਬੀ ਜ਼ਹਿਨੀਅਤ ਨੂੰ ਇੱਕ ਵਾਰੀ ਫਿਰ ਝੰਜੋੜਨ ਵਾਲਾ ਹੈ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਐੱਫ ਆਈ ਆਰ 'ਤੇ ਗੱਲ ਕਰੀਏ ਤਾਂ ਐੱਫ ਆਈ ਆਰ ਦੀ ਕਹਾਣੀ ਦੇ ਮੁਤਾਬਕ ਕਿ ਸਾਰਾ ਕੁਛ ਉਦੋਂ ਸ਼ੁਰੂ ਹੁੰਦਾ ਜਦੋਂ ਸਰਪੰਚ ਆਪਣੀ ਪੇਮੈਂਟ ਰਿਲੀਜ਼ ਕਰਵਾਉਣ ਵਾਸਤੇ ਚਾਰਾਜੋਈ ਕਰਦਾ ਵਿਧਾਇਕ ਦੇ ਪਾਸ, ਅਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਹਿੱਸਾ ਪੱਤੀ ਰੱਖਦੇ ਨੇ 5 ਲੱਖ ਦੇ ਕਰੀਬ, ਅਤੇ ਜਿਹਦੀ ਇਹ 4 ਲੱਖ ਦੀ ਅਦਾਇਗੀ ਕਰਦੇ ਵਕਤ ਵਿਜੀਲੈਂਸ ਨੇ ਰੇਡ ਮਾਰ ਕੇ ਫੜ ਲਿਆ। ਇਹ ਸਾਰੀ ਕਹਾਣੀ ਹੈ। ਮੈਂ ਇਹਨੂੰ ਸੰਖੇਪ 'ਚ ਕਰਨਾ ਚਾਹੁੰਦਾ ਵਾਂ ਤਾਂ ਕਿ ਵੀਡੀਓ ਲੰਬੀ ਨਾ ਹੋਵੇ। ਗੱਲ ਇਹ ਹੈ ਕਿ ਸਾਨੂੰ ਪਹਿਲਾਂ ਤਾਂ ਇਸ ਨੁਕਤੇ 'ਤੇ ਥੋੜ੍ਹੀ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਕੀ ਇਹ ਤੰਤਰ ਸਹੀ ਹੈ ਕਿ ਤੁਸੀਂ ਸਰਪੰਚਾਂ ਨੂੰ ਕਹਿ ਦਿੰਦੇ ਹੋ ਕਿ ਬਾਈ ਤੂੰ ਇੱਕ ਵਾਰੀ ਚੱਕ ਕੇ ਅਤੇ ਕੰਮ ਕਰਵਾ ਅਤੇ ਫਿਰ ਤੈਨੂੰ ਪੈਸਾ ਦੇ ਦਿਆਂਗੇ। ਹੁਣ ਹਰੇਕ ਸਰਪੰਚ ਲੈਂਡਲੋਰਡ ਨਹੀਂ ਹੈ, ਹਰੇਕ ਸਰਪੰਚ ਦਾ ਇੰਨਾ ਰਸੂਖ ਨਹੀਂ ਹੈ, ਅਤੇ ਜੇ ਹੈ ਵੀ ਤਾਂ ਉਕਤ ਫਰਮ ਜਿਹੜੀ ਉਧਾਰ ਚੁਕਾ ਰਹੀ ਹੈ ਉਹ ਕੰਪਰੋਮਾਈਜ਼ ਵੀ ਕਰਵਾਏਗੀ ਮਟੀਰੀਅਲ ਦੇ ਵਿੱਚ ਜਾਂ ਰੇਟ ਦੇ ਵਿੱਚ, ਕਿ ਐਸਾ ਨਹੀਂ ਹੁੰਦਾ ਹੋਏਗਾ। ਇੱਕ ਸਵਾਲ। ਦੂਜਾ ਸਵਾਲ ਕਿ ਜੇ ਕੋਈ ਸਰਪੰਚ ਐਸੀ ਭਾਈਚਾਰੇ 'ਚੋਂ ਹੈ ਜਾਂ ਉਹਦੀ ਇੰਨੀ ਰਸੂਖਦਾਰੀ, ਇੰਨਾ ਉਹ ਪ੍ਰਭਾਵਸ਼ਾਲੀ ਨਹੀਂ ਕਿ ਲੱਖਾਂ ਦਾ ਉਧਾਰ ਕਰ ਸਕੇ, ਕਿ ਉਹਨੂੰ ਆਪਣੇ ਪਿੰਡ 'ਚ ਵਿਕਾਸ ਕਾਰਜ ਕਰਨ ਦਾ ਕੋਈ ਹੱਕ ਨਹੀਂ? ਇਹ ਮੇਰਾ ਦੂਸਰਾ ਸਵਾਲ ਹੈ। ਤੀਸਰਾ ਸਵਾਲ ਹੈ ਮੇਰਾ ਸਰਕਾਰ ਨੂੰ ਕਿ ਅੱਜ ਦੇ ਯੁੱਗ ਦੇ ਵਿੱਚ ਕੀ ਅਸੀਂ ਇਸ ਤਰ੍ਹਾਂ ਦਾ ਤੰਤਰ ਅੱਗੇ ਲੈ ਕੇ ਕਿੰਨਾ ਕੁ ਦੂਰ ਜਾਵਾਂਗੇ, ਕਿੰਨਾ ਕੁ ਦੂਰ ਜਾਵਾਂਗੇ? ਸਾਨੂੰ ਇਹੋ ਜਿਹਾ ਗੰਦਾ ਤੰਤਰ, ਭ੍ਰਿਸ਼ਟਿਆ ਤੰਤਰ ਮੋਢੇ ਤੋਂ ਲਾ ਕੇ ਸੁੱਟ ਦੇਣਾ ਚਾਹੀਦਾ ਹੈ, ਜਿੱਥੇ ਔਰਗਨਾਈਜ਼ਡ ਕਰਪਸ਼ਨ ਫਲਦੀ ਹੋਵੇ, ਫੁੱਲਦੀ ਹੋਵੇ, ਕਿਉਂਕਿ ਤਾਂ ਔਰਗਨਾਈਜ਼ਡ ਕਰਪਸ਼ਨ ਸ਼ੁਰੂ ਹੋ ਗਈ ਨਾ, ਕਿ ਤੁਸੀਂ ਸਰਪੰਚ ਨੂੰ ਬਲੈਕਮੇਲ ਕਰ ਰਹੇ ਹੋ ਕਿ ਤੇਰਾ ਪੈਸਾ ਰਿਲੀਜ਼ ਕਰ ਦਿਆਂਗੇ, ਤੂੰ ਇੰਨੀ ਹਿੱਸਾ ਪੱਤੀ ਦੇ, ਤਾਂ ਰਿਸ਼ਵਤ ਇੱਥੋਂ ਸ਼ੁਰੂ ਹੋ ਗਈ ਜਦੋਂ ਉੱਤੇ ਬੈਠੇ ਜਨਤਾ ਦੇ ਨੁਮਾਇੰਦੇ ਕਰਪਟ ਹੋ ਗਏ, ਪੰਚਾਇਤਾਂ ਕਰਪਟ ਹੋ ਗਈਆਂ, ਬਲੈਕਮੇਲ ਹੋ ਗਈਆਂ, ਅਤੇ ਫਿਰ ਗਾਂ ਕੀ ਬਣੇਗਾ? ਇਹ ਹੁਣ ਸਰਕਾਰ 'ਤੇ ਵੱਡਾ ਸਵਾਲ ਹੈ ਕਿ ਕੀ ਉਹ ਇਸ ਤੰਤਰ ਨੂੰ, ਮੁਰਦੇ ਤੰਤਰ ਨੂੰ ਹੋਰ ਢੋਣਾ ਚਾਹੇਗੀ ਅੱਗੇ, ਜਾਂ ਇਹਨੂੰ ਮੋਢੇ ਤੋਂ ਲਾਹ ਕੇ ਸੁੱਟ ਕੇ ਪਰੇ ਵਗਾ ਕੇ ਮਾਰ ਕੇ ਕੋਈ ਵੱਖਰੀ ਵਿਧੀ ਅਖਤਿਆਰ ਕਰਕੇ ਤੁਰੇਗੀ? ਦੂਜੀ ਗੱਲ, ਜਦੋਂ ਇਹ ਸਾਰਾ ਕੁਛ ਹੋਇਆ ਉਸ ਉਪਰੰਤ ਜਿਹੜਾ ਵਿਧਾਇਕ 2-2.5 ਘੰਟੇ ਵਿਜੀਲੈਂਸ ਨੇ ਬਿਠਾਈ ਰੱਖਿਆ, ਫਿਰ ਪਤਾ ਨਹੀਂ ਕੀ ਹੋਇਆ, ਪਿਛਲੇ ਦਰਵਾਜ਼ੇ ਉਹ ਨਿਕਲ ਗਿਆ, ਜਾ ਕੇ ਉਹਨੇ ਘਰ ਵੀਡੀਓ ਪਾਈ, ਘਰੇ ਪਤਾ ਨਹੀਂ ਕਿੱਦਾਂ ਦੀ ਖਾਤਰਦਾਰੀ ਹੋਈ ਹੋਵੇਗੀ। ਜਿਹੜੀ ਉਹਨੇ ਵੀਡੀਓ ਪਾਈ ਵਿਧਾਇਕ ਸਾਹਿਬ ਨੇ, ਉਸ ਵੀਡੀਓ ਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਮੇਰਾ ਕੋਈ PA ਨਹੀਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ, ਅਸਲ 'ਚ ਇਹ ਬੰਦਾ ਕੋਈ ਹੋਰ ਹੈ, ਪ੍ਰਾਈਵੇਟ ਨਾਗਰਿਕ ਹੈ। ਅਤੇ ਇਸ ਗੱਲ ਦੀ ਸ਼ਾਦੀ ਭਰੀ ਗਵਰਨਮੈਂਟ ਆਫ ਪੰਜਾਬ ਦੇ ਫੇਸਬੁੱਕ ਪੇਜ ਨੇ ਵੀ ਕਿ ਇਹ ਪ੍ਰਾਈਵੇਟ ਨਾਗਰਿਕ ਹੈ। ਹੁਣ ਮੇਰਾ ਵੱਡਾ ਸਵਾਲ ਇਹੋ ਆ ਕਿ ਜੇ ਸ਼ਿਕਾਇਤਕਰਤਾ ਵੀ ਪ੍ਰਾਈਵੇਟ ਨਾਗਰਿਕ ਹੈ, ਕਿਉਂਕਿ ਉਹ ਮੌਜੂਦਾ ਖੁਦ ਸਰਪੰਚ ਨਹੀਂ ਹੈ, ਸਰਪੰਚ ਨਹੀਂ ਤਾਂ ਘਰ ਵਾਲਾ ਹੈ, ਉਸਨੇ ਇਹ ਸ਼ਿਕਾਇਤ ਇਸ ਕਰਕੇ ਕੀਤੀ ਕਿਉਂਕਿ ਉਹ ਜ਼ਮੀਰ ਮਾਰ ਕੇ ਰਿਸ਼ਵਤ ਸ਼ਾਇਦ ਨਹੀਂ ਸੀ ਦੇਣਾ ਚਾਹੁੰਦਾ, ਨਹੀਂ ਤਾਂ ਹਿੱਸਾ ਪੱਤੀ ਰੱਖ ਕੇ ਕੁਛ ਵੀ ਕਰੀ ਜਾਂਦਾ, ਉਹਦਾ ਤਾਂ ਕੰਮ ਚੱਲ ਗਿਆ ਸੀ ਜਦੋਂ ਹੱਥ ਲੱਗ ਗਿਆ। ਚਲੋ, ਗੱਲ ਇਹ ਆ ਕਿ ਉਸ ਸਰਪੰਚ ਨੇ ਜੋ ਕੀਤਾ ਬਤੌਰ ਪ੍ਰਾਈਵੇਟ ਨਾਗਰਿਕ ਕੀਤਾ, ਮੇਰੇ ਕਹਿਣ ਦਾ ਮਤਲਬ ਇਹ ਆ ਬਤੌਰ ਪ੍ਰਾਈਵੇਟ ਨਾਗਰਿਕ ਉਸਨੇ ਕੀਤਾ,
ਤੇ ਜਿਹੜਾ ਬੰਦਾ ਫੜਿਆ, ਯਾਨੀ ਸ਼ਿਕਾਇਤ ਕਰਨ ਵਾਲਾ ਵੀ ਪ੍ਰਾਈਵੇਟ ਨਾਗਰਿਕ, ਤੇ ਜਿਹੜਾ ਬੰਦਾ ਫੜਿਆ ਉਹ ਆਪਣੇ ਮੂੰਹੋਂ ਹੀ ਕਹੀ ਜਾਂਦਾ ਹੈ ਕਿ ਦੇਖੋ ਜੀ ਮੈਂ ਸਕੂਲ ਚਲਾਉਣਾ ਵਾਂ, ਮੈਂ ਰਿਟਾਇਰਡ ਹਾਂ, ਅਤੇ ਮੇਰਾ ਪਰਸਨਲ ਲੈਣ ਦੇਣ ਸੀ ਇਸ ਵਿਅਕਤੀ ਨਾਲ, ਜਿਹੜੇ ਉਧਾਰੇ ਨੇ ਪੈਸੇ ਲਏ ਸੀ ਉਹ ਵਾਪਸ ਕਰਨਾ ਆ। ਸੋਹਣੀ ਆ, ਠੀਕ ਆ, ਚੰਗੀ ਗੱਲ ਆ। ਪਰ ਇੱਥੇ ਹੁਣ ਇੱਕ ਸਵਾਲ ਬੜਾ ਅਹਿਮ ਹੈ, ਬਹੁਤ ਅਹਿਮੀਅਤ ਰੱਖਣ ਵਾਲਾ ਸਵਾਲ ਆ ਕਿ ਜਦੋਂ ਦੋ ਨਾਗਰਿਕਾਂ ਦਾ ਆਪਸੀ ਲੈਣ ਦੇਣ ਹੋਵੇ ਪੈਸਿਆਂ ਦਾ, ਫਿਰ ਵਿਜੀਲੈਂਸ ਕਿਸ ਕਪੈਸਿਟੀ ਦੇ ਵਿੱਚ ਇਨਵੋਲਵ ਹੋਈ ਹੈ? ਇੱਕ ਵੱਡਾ ਸਵਾਲ ਹੈ, ਕਿਉਂਕਿ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਆਮ ਬੰਦੇ ਦੀ ਜੇ ਲੈਣ ਦੇਣ ਦੀ ਲੜਾਈ ਆ ਉਹ ਚੌਂਕੀ ਥਾਣੇ ਕੋਰਟ ਕਚਹਿਰੀ ਤੱਕ ਜਾਂਦੀ ਹੈ, ਪੰਚਾਇਤਾਂ ਤੱਕ ਜਾਂਦੀ ਹੈ, ਪਰੇ ਪੰਚਾਇਤਾਂ ਤੱਕ ਨਿਬੜਦੀ ਹੈ, ਆਪਾਂ ਵਿਜੀਲੈਂਸ ਕੋਲ ਤਾਂ ਨਹੀਂ ਜਾਂਦੇ। ਅਤੇ ਇਹ ਪਹਿਲਾ ਮੌਕਾ ਹੋਏਗਾ ਕਿ ਕਿਸੇ ਬੰਦੇ ਨੇ ਉਧਾਰੀ ਦੇਣੀ ਹੈ ਅਤੇ ਚੁਕਾਉਣ ਦੀ ਥਾਂ 'ਤੇ, ਆਪਣਾ ਉਧਾਰ ਲਾਉਣ ਦੀ ਥਾਂ 'ਤੇ ਉਹ ਵਿਜੀਲੈਂਸ ਕੋਲ ਚਲਾ ਜਾਵੇ ਕਿ ਮੈਂ ਇਹਨੂੰ ਰਿਸ਼ਵਤ ਦੇਣ ਜਾ ਰਿਹਾ। ਉਹਨੂੰ ਨਹੀਂ ਪਤਾ ਕਿ ਕੱਲ੍ਹ ਨੂੰ ਇਹ ਸਾਬਤ ਹੋ ਗਿਆ ਅਤੇ ਕੀ ਹੋਏਗਾ, ਅਤੇ ਕੀ ਵਿਜੀਲੈਂਸ ਇੰਨੀ ਬਚੀ ਹੈ, ਇੰਨੀ ਨਿਆਣੀ ਹੈ ਕਿ ਉਹ ਐਵੀਡੈਂਸ ਵੇਖੇ ਤੋਂ ਬਗੈਰ, ਸਾਰੀ ਕੋਖ ਪੜਤਾਲ ਕੀਤੇ ਤੋਂ ਬਗੈਰ ਦੋ ਸਵੀਲੀਅਨ ਦੇ ਆਪਸੀ ਲੈਣ ਦੇਣ ਦੇ ਵਿੱਚ ਕੁੱਦ ਪਏਗੀ? ਅਤੇ ਉਹ ਵੀ ਉਸ ਵੇਲੇ ਜਦੋਂ ਵਿਧਾਇਕ ਦਾ ਜ਼ਿਕਰ ਐਫ ਆਈ ਆਰ ਦੇ ਵਿੱਚ। ਕਿਤੇ ਇਹ ਸੰਭਵ ਹੈ? ਇਸ ਸਵਾਲ ਦਾ ਵੀ ਜਵਾਬ ਉਡੀਕਾਂਗੇ। ਫਿਰ ਵਿਧਾਇਕ ਸਾਹਿਬ ਕਹਿੰਦੇ ਨੇ ਕਿ ਦੇਖੋ ਜੀ ਇਹ ਕੁਝ ਹੀ ਹਰਕਤ ਹੈ, ਇਹ ਕੁਝ ਹੀ ਸਾਜਿਸ਼ ਹੈ ਵਿਰੋਧੀ ਪਾਰਟੀਆਂ ਦੀ, ਉਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ। ਮੈਂ ਸਵਾਲ ਕਰਨਾ ਚਾਹਾਂਗਾ ਮਿਸਟਰ ਰਤਨ ਜੀ ਨੂੰ ਕਿ ਕੀ ਭਾਈ ਸਾਹਿਬ ਤੁਹਾਡੀ ਵਿਜੀਲੈਂਸ ਵਿਰੋਧੀ ਪਾਰਟੀਆਂ ਦਾ ਹੱਥ ਟੋਕਾ ਹੈ, ਟੂਲ ਹੈ ਉਹਨਾਂ ਦਾ? ਅਤੇ ਜੇ ਇਸ ਤਰ੍ਹਾਂ ਹੈ ਫਿਰ ਤੁਹਾਡੇ ਕੀਤੇ ਮੁਕੱਦਮੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ 'ਤੇ ਆ ਉਹਨਾਂ 'ਤੇ ਕੀ ਕਹੋਗੇ ਕਿ ਇੱਕ ਪਾਸੇ ਉਹ ਵਿਰੋਧੀ ਪਾਰਟੀਆਂ ਲਈ ਕੰਮ ਕਰਦੀ ਹੈ ਵਿਜੀਲੈਂਸ ਅਤੇ ਦੂਜੇ ਪਾਸੇ ਉਹਨਾਂ ਨੂੰ ਠੋਕ ਦਿੰਦੀ ਹੈ? ਕਮਾਲ ਹੈ ਵੀ ਹੈ, ਕਮਾਲ ਹੈ। ਇਹ ਬਹੁਤ ਅਹਿਮੀਅਤ ਵਾਲਾ ਸਵਾਲ ਆ, ਬੜਾ ਮਹੱਤਵਪੂਰਨ ਸਵਾਲ ਆ ਕਿ ਕੀ ਵਿਜੀਲੈਂਸ ਨੂੰ ਵਿਰੋਧੀ ਪਾਰਟੀਆਂ ਤੁਹਾਡੇ ਰਾਜ ਦੇ ਵਿੱਚ ਹੀ ਵਰਤ ਰਹੀਆਂ ਨੇ? ਜੇ ਉਹ ਤੁਹਾਡੇ ਰਾਜ 'ਚ ਵਰਤ ਰਹੀਆਂ ਤਾਂ ਫਿਰ ਤੁਹਾਡਾ ਰਾਜ ਕੈਸਾ? ਫਿਰ ਤਾਂ ਉਹਦੇ 'ਤੇ ਸਵਾਲ ਤੁਸੀਂ ਆਪ ਹੀ ਚੁੱਕ ਦਿੱਤਾ। ਇੱਕ ਹੋਰ ਚੀਜ਼ ਆ ਕਿ ਦੇਖੋ ਇਹ ਬੜੀ ਅਸਚਰਜ ਵਾਲੀ ਗੱਲ ਆ, ਬੜੀ ਅਚੰਭੇ ਵਾਲੀ ਗੱਲ ਆ ਕਿ ਬਠਿੰਡੇ ਦੀ ਵਿਜੀਲੈਂਸ ਕਿਸੇ ਸੱਤਾਧਾਰੀ MLA ਨੂੰ ਜਾ ਕੇ ਹੱਥ ਪਾਉਂਦੀ ਹੈ। MLA ਨੂੰ ਹੱਥ ਪਾਉਣ ਵਾਲੀ ਗੱਲ ਹੈ ਨਾ, ਜਦੋਂ ਤੁਸੀਂ ਨਾਮਜ਼ਦ ਕੀਤਾ ਕਿਸੇ ਨੂੰ ਬਤੌਰ ਪ੍ਰਾਈਵੇਟ PA ਹਲਕਾ ਬਠਿੰਡਾ ਦੇ ਹੱਥੀ MLA, ਤਾਂ ਇਹਦਾ ਮਤਲਬ ਕਿ ਸੱਪ ਦੀ ਖੁੱਡ 'ਚ ਤਾਂ ਹੱਥ ਪਾ ਲਿਆ ਨਾ। ਫਿਰ ਸੱਪ ਦੀ ਖੁੱਡ 'ਚ ਹੱਥ ਪਾਇਆ ਜਿਹੜਾ, ਕੀ ਉਹ ਆਪਣੀ ਦਲੇਰੀ ਸਦਕਾ, ਜਾਂ ਫਿਰ ਇਹ ਫੀਲਡਿੰਗ ਜਿਹੜੀ ਆ ਉੱਤੋਂ ਸੈੱਟ ਕੀਤੀ ਗਈ ਹੈ? ਜੇ ਉੱਤੋਂ ਸੈੱਟ ਕੀਤੀ ਗਈ ਹੈ ਤਾਂ ਜਿਹੜੀ ਕਿ ਹੁੰਦੀ ਹੈ ਅਕਸਰ ਕਿ ਇਹ ਮੁੱਖ ਮੰਤਰੀ ਦੇ ਨੋਟਿਸ 'ਚ ਨਾ ਗਈ ਹੋਏਗੀ। ਅਤੇ ਜੇ ਮੁੱਖ ਮੰਤਰੀ ਦੇ ਨੋਟਿਸ 'ਚ ਗਈ ਹੈ ਸੂਰ, ਤਾਂ ਫਿਰ ਹੁਣ ਇਸ ਗੱਲ 'ਤੇ ਹੈਂਡ ਬ੍ਰੇਕ ਕੌਣ ਖਿੱਚੀ ਬੈਠਾ ਹੈ? ਕਿਉਂਕਿ ਮੁੱਖ ਮੰਤਰੀ ਨੇ ਵੀ ਤਾਂ ਫੀਡਬੈਕ ਲਈ ਹੋਏਗੀ ਨਾ, ਜਾਂ ਜੋ ਵੀ ਆਲਾ ਤਰੀਨ ਬੰਦੇ ਬੈਠੇ ਨੇ ਗੌਰਮੈਂਟ ਦੇ ਵਿੱਚ ਉਹਨਾਂ ਨੇ ਫੀਡਬੈਕ ਲਈ ਹੋਏਗੀ, ਸਾਰਾ ਕੁਛ ਐਨ ਜਾਂਚ ਕੇ ਪੜਤਾਲ ਕੇ ਫਿਰ ਹੀ ਹਰੀ ਝੰਡੀ ਦਿੱਤੀ ਹੋਏਗੀ ਨਾ ਕਿ ਚੱਕ ਦਿਓ ਝੋਟਾ। ਫਿਰ ਹੁਣ ਹੈਂਡ ਬ੍ਰੇਕ ਕੌਣ ਖਿੱਚੀ ਬੈਠਾ? ਇਸ ਸਵਾਲ ਦਾ ਜਵਾਬ ਸਰਕਾਰ ਨਹੀਂ ਦਿੰਦੀ ਕਦੇ ਵੀ, ਨਾ ਹੀ ਦੇਵੇਗੀ। ਇਹਦਾ ਘੱਟੋ ਘੱਟ ਸਾਨੂੰ ਆਪ ਹੀ ਜਵਾਬ ਲੱਭ ਲੈਣਾ ਚਾਹੀਦਾ ਕਿ ਅਸਲ 'ਚ ਕੀ ਹੈ ਕਿ ਟਿਕਟਾਂ ਦੀ ਵੰਡ ਵੇਲੇ ਅਸਾਂ ਵੇਖਿਆ ਸੀਗਾ ਕਿ ਇੱਥੋਂ ਦੀ ਜਿਹੜੀ ਸਾਡੀ ਸਥਾਨਕ ਆਮ ਆਦਮੀ ਪਾਰਟੀ ਦੀ ਇਕਾਈ ਹੈ ਉਹਦੀ ਮੋਰਲੀ ਕਤਾਰ ਦੀ ਜਿਹੜੀ ਲੀਡਰਸ਼ਿਪ ਸੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੇਵਸੀ ਸੀ। ਅਸੀਂ ਦੇਖਿਆ ਕਿ ਚਾਹੇ ਪਾਰਟੀ ਜੁਆਇਨਿੰਗ ਹੋਵੇ, ਚਾਹੇ ਉਹ ਟਿਕਟਾਂ ਦੀ ਵੰਡ ਹੋਵੇ, ਸਾਡੇ ਇੱਥੋਂ ਦੇ ਲੋਕਲ ਲੀਡਰਾਂ ਦਾ ਕੋਈ ਬਹੁਤਾ ਵੱਡਾ ਰੋਲ ਉਹਦੇ 'ਚ ਨਜ਼ਰ ਨਹੀਂ ਆਇਆ।
ਤੇ ਰੋਲ ਜੇ ਨਜ਼ਰ ਨਹੀਂ ਆਇਆ ਤੇ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਰੋਲ ਅਦਾ ਕੀਤਾ ਫਿਰ ਉਹੀ ਜ਼ਿੰਮੇਵਾਰ ਨੇ ਕਿ ਕੀ ਤੁਸੀਂ ਬੰਦਾ ਲਾਉਣ ਵੇਲੇ ਕਿਸੇ ਦਾ ਫੀਡਬੈਕ ਸਹੀ ਢੰਗ ਨਾਲ ਲਿਆ ਸੀ। ਅਮਿਤ ਰਤਨ ਦਾ ਵੀ ਇੱਕ ਸਿਆਸੀ ਪਿਛੋਕੜ ਹੈ, ਮੈਂ ਕਿਸੇ ਦੇ ਨਿੱਜੀ ਪਿਛੋਕੜ 'ਤੇ ਨਹੀਂ ਜਾ ਸਕਦਾ, ਨਾ ਕਦੇ ਜਾਵਾਂ, ਪਰ ਕਿਹਨਾਂ ਹਾਲਾਤਾਂ 'ਚੋਂ ਕਿਸ ਸੂਰਤ ਹਾਲ 'ਚ ਅਮਿਤ ਰਤਨ ਅਕਾਲੀਆਂ 'ਚੋਂ ਨਿਕਲਿਆ ਸੀਗਾ, ਕੀ ਇਸ ਗੱਲ ਦੀ ਦਿੱਲੀ ਵਾਲਿਆਂ ਨੇ ਕੋਈ ਪੁੱਛਣ ਕੀਤੀ ਸੀਗੀ ਜੇ ਨਹੀਂ ਕੀਤੀ, ਮਤਲਬ ਕਿ ਸਿੱਧੀ ਟਿਕਟ ਦਿੱਤੀ ਆ, ਸਿੱਧੀ ਟਿਕਟ ਦਿੱਤੀ ਆ, ਅਤੇ ਫਿਰ ਕਿਉਂ ਨਾ ਮੰਨੀਏ ਕਿ ਗੱਡੀ ਰੋੜਨ ਵਾਲੇ ਨੇ ਤਾਂ ਗੱਡੀ ਰੋੜ ਦਿੱਤੀ, ਪਰ ਪਿੱਛੇ ਬੈਠਾ ਪਿਛਲੀ ਸੀਟ 'ਤੇ ਬੈਠਾ ਕੋਈ ਜਿਹੜਾ ਦੇਖ ਨਹੀਂ ਰਿਹਾ ਉਹਨੇ ਹੈਂਡ ਬ੍ਰੇਕ ਖਿੱਚ ਦਿੱਤੀ ਆ। ਹੁਣ ਹੈਂਡ ਬ੍ਰੇਕ ਖਿੱਚਣ ਵਾਲਾ ਤਾਂ ਦੇਖ ਨਹੀਂ ਰਿਹਾ, ਵਿਖਾਈ ਨਹੀਂ ਦੇ ਰਿਹਾ, ਅਤੇ ਸਾਰਾ ਕੁਛ ਸੁਣਨਾ ਸੁਣਾਉਣਾ ਕਿਹਨੂੰ ਪੈ ਰਿਹਾ? ਉਸ ਡਰਾਈਵਰ ਨੂੰ ਜਿਹੜਾ ਕਹਿੰਦਾ ਛੱਡਾਂਗਾ ਨਹੀਂ, ਜਿਹਦੇ ਮਰਜ਼ੀ ਨਾਮ ਅਗਰ ਜਿਹੜੀ ਮਰਜ਼ੀ ਪਾਰਟੀ ਲੱਗਦੀ ਹੋਵੇ। ਹੁਣ ਲੱਗ ਜੂ ਪਤਾ ਹੈਂਡ ਬ੍ਰੇਕ ਕਿੰਨਾ ਕੁ ਚਿਰ ਨੱਪੀ ਦੀ ਹੈ, ਅਤੇ ਫਿਰ ਜਾਂ ਡਰਾਈਵਰ ਰੇਸ ਦੇ ਕੇ ਪੱਟ ਕੇ ਲੈ ਜਾਏਗਾ ਮਰੋੜੀ। ਦਿਲਚਸਪ ਹੈ ਕਹਾਣੀ, ਕਿਉਂਕਿ ਗਾਂ ਇਜਲਾਸ ਹੈ ਅਤੇ ਗਾਂ ਜਲੰਧਰ ਦੀ ਜਿਮਨੀ ਚੋਣ ਆ। ਖੈਰ ਇਹ ਕੁਛ ਸਵਾਲ ਨੇ ਜਿਨ੍ਹਾਂ ਦਾ ਜਵਾਬ ਤੁਸੀਂ ਵੀ ਲੱਭਿਓ, ਅਤੇ ਸਰਕਾਰ ਜੇ ਚਾਹੇ ਤਾਂ ਉਹ ਵੀ ਦੇ ਸਕਦੀ ਹੈ, ਕੋਈ ਨਾਂ ਨਹੀਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।